ਸਾਨੂੰ ਤਾਂ ਘੰਟਾ ਹੋ ਗਿਆ ਰੋਡਵੇਜ਼ ਦੀ ਬੱਸ ਚੜਾਉਂਦੇ ਨਹੀਂ ਗੇ, ਆ ਦਿੰਦੇ ਆ ਦੇ ਜਮਾਰਾ ਲਾਗੋਂ ਦੀ ਘੜਿਆਰ ਕੇ ਨਠਾ ਕੇ ਲੈ ਜਾਂਦੇ ਆ। ਬਹੁਤ ਦੁਖੀ ਅਸੀਂ ਇਹਨਾਂ ਦੇ ਹੱਥੋਂ, ਇਹ ਸਗੋਂ ਇਹ ਪ੍ਰਾਈਵੇਟ ਰਹਿੰਦੀਆਂ ਤੇ ਉਹ ਚੰਗੀਆਂ ਸੀ, ਨਹੀਂ ਤੇ ਸਰਕਾਰ ਲਾ ਦੇ ਉਹਨਾਂ ਨੂੰ ਥੱਲੇ, ਜਿਹੜੇ ਨਹੀਂ ਚੜਾਉਂਦੇ ਉਹਨਾਂ ਨੂੰ ਥੱਲੇ ਕਰ ਦਿਓ। ਸਰਕਾਰ ਨੇ ਉਹ ਚਾਹੇ ਬੱਸਾਂ ਬੰਦ ਹੀ ਕਰ ਦੇ, ਫਿਰ ਲਾਲਚ ਨਾ ਦੇਵੇ ਜਨਾਨੀਆਂ ਨੂੰ, ਜਨਾਨੀਆਂ ਲਾਲਚ ਨਾ ਕਰਨ, ਫਿਰ ਸਿੱਧੀਆਂ ਉਹ ਡੀਕਣ ਹੀ ਨਾ ਕਿਸੇ ਨੂੰ ਬੱਸ ਨੂੰ ਸਰਕਾਰੀ ਨੂੰ, ਤੇ ਸਿੱਧੀਆਂ ਪ੍ਰਾਈਵੇਟ ਜਾਣ, ਜਿੰਨਾ ਮਰਜ਼ੀ ਜਾਣ ਕਰੋ। ਪੰਜਾਬ ਦੇ ਵਿੱਚ PRTC ਦੀ 3500 ਬੱਸ ਹੈ ਜੀ, ਜਦੋਂ 3400 ਬੱਸ ਬਿਲਕੁਲ ਬੰਦ ਹੈ, ਸਿਰਫ 100 ਬੱਸ ਚੱਲ ਰਹੀ ਹੈ, ਉਹ ਵੀ ਪੱਕੇ ਮੁਲਾਜ਼ਮਾਂ ਵੱਲੋਂ ਚਲਾਈ ਜਾ ਰਹੀ ਹੈ, ਕੱਚੇ ਮੁਲਾਜ਼ਮਾਂ ਵੱਲੋਂ ਮੁਕੰਮਲ ਚੱਕਾ ਜਾਮ ਹੈ। ਰੋਡਵੇ ਦੀ ਬੱਸ ਚੜਾਉਂਦੇ ਨਹੀਂ ਗੇ, ਆ ਦਿੰਦੇ ਆ ਦੇ ਜਮਾਰਾ ਲਾਗੋਂ ਦੀ ਘੜਿਆਰ ਕੇ ਨਠਾ ਕੇ ਲੈ ਜਾਂਦੇ ਆ। ਤੇ ਕੀ ਗੱਲ ਸਰਕਾਰ ਨੂੰ, ਅਸੀਂ ਆਂਦੇ ਆ ਵੀ ਜਿੱਥੇ 50 ਉੱਥੇ 25 ਕਰ ਦਿੰਦੇ ਹੋ, ਜਿੱਥੇ 30 ਉੱਥੇ 15 ਕਰ ਦਿੰਦੇ ਹੋ, ਵੀ ਸਾਡਾ ਅਸੀਂ ਸੌਖੇ ਤੇ ਜਾਂਦੇ ਸਵਾਰੀਆਂ ਜਨਾਨੀਆਂ ਹਨੇਰਾ ਵੀ ਹੋ ਜਾਂਦਾ, ਇਹ ਚੜਾ ਕੇ ਨਹੀਂ ਖੜਦੇ। ਕਹੀ ਜਾਂਦੇ ਇਹ ਕੰਮ ਕਰਦੇ ਨੇ, ਜੇ ਕੀਤਾ ਤੇ ਫਿਰ ਇਹਨਾਂ ਨੂੰ ਤਾਰੋ ਤੇ ਹੋਰ ਚੜਾਓ, ਡਰਾਈਵਰ ਕੰਡਕਟਰ ਹੋਰ ਚੜਾ ਦਿਓ। ਏਦਾਂ ਹੀ ਡੀਡੀ ਕੇ ਹਨੇਰਾ ਕਰ ਲੈਂਦੀਆਂ ਜਨਾਨੀਆਂ, ਕਿੱਥੇ ਇਕੱਲੀਆਂ ਜਾਈਏ ਅਸੀਂ। ਏਦਾਂ ਨਹੀਂ ਚਾਹੀਦਾ ਇਹਨਾਂ ਨੂੰ, ਡਰਾਈਵਰਾਂ ਕੰਡਕਟਰਾਂ ਨੂੰ, ਇਹਨਾਂ ਨੂੰ ਚਾਹੀਦਾ ਵੀ ਸਾਡੀਆਂ ਮਾਵਾਂ ਭੈਣਾਂ ਵਰਗੀਆਂ ਇਹਨਾਂ ਨੂੰ ਟਾਈਮ ਨਾਲ ਪਹੁੰਚਾਉਣਾ ਚਾਹੀਦਾ ਵਾ। ਹੁਣ ਸਾਨੂੰ ਅੱਧਾ ਘੰਟਾ ਹੋ ਗਿਆ, ਕੋਈ ਆਉਂ ਨਹੀਂ ਰਹੀ ਇੱਥੇ, ਅਸੀਂ ਦੱਸ ਕੀ ਕਰੀਏ। ਬਹੁਤ ਦੁਖੀ ਅਸੀਂ ਇਹਨਾਂ ਦੇ ਹੱਥੋਂ, ਇਹ ਸਗੋਂ ਇਹ ਪ੍ਰਾਈਵੇਟ ਹੀ ਰਹਿੰਦੀਆਂ ਤੇ ਉਹ ਚੰਗੀਆਂ ਸੀ। ਇੱਕ ਤਾਂ ਇਹ ਚਲੋ ਕਿ ਕਹਿੰਦੇ ਆ ਕਿ ਲਾਲਚ ਆ ਸਾਨੂੰ ਕਿ ਚੱਲ ਸਰਕਾਰੀ ਬੱਸ ਤੇ ਚੱਲ ਜਾਂਦੇ, ਵਾਂਡੇ ਵੀ ਵੇਖ ਲੈਂਦੇ ਜਰਾ, ਨਹੀਂ ਤੇ ਉਸ ਤਰ੍ਹਾਂ ਸਾਡਾ ਜਾਣ ਨਹੀਂ ਹੁੰਦਾ। ਕਹੀਦਾ ਕਿ ਚੱਲ ਕੁੜੀ ਨੇ ਚੰਡੀਗੜ੍ਹ ਜਾਣਾ, ਅਸੀਂ ਟੈਸਟ ਦੇਣ, ਅਸੀਂ ਕੱਲ੍ਹ ਦੇ ਚੰਡੀਗੜ੍ਹ ਗਏ ਅਸੀਂ ਤੇ ਉਸ ਤਰ੍ਹਾਂ ਵੀ ਆ ਕੇ ਰੋਡਵੇ ਦੀ ਬੱਸ ਗਏ ਹਾਂ, ਤੇ ਸਾਨੂੰ ਹੁਣ ਲੁਧਿਆਣਿਓਂ ਆਏ ਹਾਂ, ਸਾਨੂੰ ਫਿਰ ਵੀ ਰੋਡਵੇ ਦੀ ਬੱਸ ਮਿਲੀ ਆ, ਇੱਥੇ ਆਣ ਕੇ ਅਸੀਂ ਸਾਨੂੰ ਬਟਾਲੇ ਆ ਗਏ, ਸਾਨੂੰ ਨਹੀਂ ਬੱਸ ਮਿਲਦੀ। ਕਹਿੰਦੇ ਨੇ ਹੜਤਾਲ, ਹੜਤਾਲ ਕੋਈ ਨਹੀਂ, ਸਰਕਾਰ ਨੇ ਉਹ ਚਾਹੇ ਬੱਸਾਂ ਬੰਦ ਹੀ ਕਰਦੇ, ਫਿਰ ਲਾਲਚ ਨਾ ਦੇਵੇ ਜਨਾਨੀਆਂ ਨੂੰ, ਜਨਾਨੀਆਂ ਲਾਲਚ ਨਾ ਕਰਨ, ਫਿਰ ਸਿੱਧੀਆਂ ਉਹ ਡੀਕਣ ਹੀ ਨਾ ਕਿਸੇ ਨੂੰ ਬੱਸ ਨੂੰ ਸਰਕਾਰੀ ਨੂੰ, ਤੋ ਸਿੱਧੀਆਂ ਪ੍ਰਾਈਵੇਟ ਜਾਣ। ਅਗਰ ਲੇਡੀਜ਼ ਵਾਰੀ ਆ, ਜੇ ਬੱਸ ਨਹੀਂ ਆਊਗੀ ਉੱਥੇ ਡੀਕ ਡੀਕ ਕੇ, ਅਸੀਂ ਤਾਂ ਪਰੇਸ਼ਾਨ ਹੋਵਾਂਗੇ ਨਾ, ਪਰੇਸ਼ਾਨ ਹੋ ਰਹੇ। ਕਈ ਜਗ੍ਹਾ ਚੱਲ ਰਹੀਆਂ ਨੇ, ਅੰਮ੍ਰਿਤਸਰ ਵਾਰੀ ਨਹੀਂ ਚੱਲ ਰਹੀ ਬੱਸ, ਬਾਕੀ ਇਹੀ ਹੈ ਕਰਨਾ ਚਾਹੀਦਾ, ਜਦ ਫਿਰ ਸਾਰੀਆਂ ਬੰਦ ਕਰ ਦੇਣ, ਕਿਉਂ ਸਾਨੂੰ ਇਹ ਇੰਤਜ਼ਾਰ ਤਾਂ ਨਹੀਂ ਕਰਨਾ ਪਊਗਾ। ਕਈ ਮਜਬੂਰੀਆਂ ਹੁੰਦੀਆਂ ਨੇ ਬੰਦੇ ਦੀਆਂ ਵੀ, ਚਲੋ ਭਾਈ ਸਰਕਾਰੀ ਬੱਸ ਸਰਕਾਰ ਨੇ ਲਾਈ ਹੈ ਅਤੇ ਅਸੀਂ ਬੱਸ 'ਤੇ ਜਾਈਏ ਸਰਕਾਰੀ 'ਤੇ। ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ, ਪਬਲਿਕ ਬੜੀ ਪਰੇਸ਼ਾਨ ਆ, ਕਿਸੇ ਨੂੰ ਕੋਈ ਸਵਾਰੀ ਮਤਲਬ ਕਿ ਬੱਸ ਹੀ ਹੈ ਨਹੀਂ, ਜਾਣਾ ਕਿੱਦਾਂ, ਕਿਸੇ ਪਾਸੇ ਨੂੰ ਵੀ ਬੱਸ ਮਿਲ ਰਹੀ ਹੈਗੀ, ਜੇ ਆਪਾਂ ਸੋਚਦੇ ਅੰਮ੍ਰਿਤਸਰ ਵਾਲੀ ਬੱਸ ਫੜ ਕੇ ਜਲੰਧਰ 'ਚ, ਉਹ ਵੀ ਨਹੀਂ ਮਿਲ ਸਕਦੀ। ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਪਬਲਿਕ ਦੀਆਂ ਜਿਹੜੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ, ਕਿਉਂ ਪਰੇਸ਼ਾਨ ਕਰਦੇ, ਆਮ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੋਈ ਪਈ ਆ। ਅਭੀ ਫਿਲਹਾਲ ਤੋ ਮੈਂ ਡਿਗਰੀ ਲੈਣੇ ਆਈ ਥੀ ਯਹਾਂ ਪੇ, ਔਰ ਬੱਸ ਸਟੈਂਡ ਤੋਂ ਕਾਫੀ ਟਾਈਮ ਸੇ ਵੇਟ ਕਰ ਰਹੇ ਹਾਂ ਬੱਸ ਕੀ, ਕਾਫੀ ਲੰਬੀ ਲਾਈਨ, ਕਾਫੀ ਇਨਕਨਵੀਨੀਅੰਸ ਹੋ ਰਹੀ ਹੈ। ਮੇਰੇ ਤੋਂ ਸਪੈਸ਼ਲੀ ਛੁੱਟੀ ਲੈ ਕੇ ਆਈ ਥੀ ਆਪਣੇ ਕਾਮ ਸੇ ਆਪਣੀ ਡਿਗਰੀ ਲੈਣੇ ਕੇ ਲਈ। ਮੇਨ ਮੁੱਦਾ ਸਾਡਾ ਜੀ, ਜਿਹੜੀ ਸਾਡੀ ਤਨਖਾਹਾਂ ਇਕਸਾਰ ਕੀਤੀ ਜਾਣ, ਕਿਲੋਮੀਟਰ ਗੱਡੀ ਪਾਉਣ ਤੋਂ ਬਿਲਕੁਲ ਟੈਂਡਰ ਜਿਹੜਾ ਰੱਦ ਕੀਤਾ ਜਾਏ, ਸਰਕਾਰ ਮਹਿਕਮਾ ਆਪਦੀਆਂ ਗੱਡੀਆਂ ਪਾਏ, ਨੰਬਰ 2 ਜਿੰਨੇ ਵੀ ਕੱਚੇ ਮੁਲਾਜ਼ਮ ਹੈ ਸਾਰਿਆਂ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਪੱਕਾ ਕਰੇ, ਅਤੇ ਸਾਡੀ ਜਿਹੜੀ ਤਨਖਾਹ ਹੈ ਬਿਲਕੁਲ ਟਾਈਮ ਨਾਲ ਆਉਣੀ ਚਾਹੀਦੀ ਹੈ।
ਸਰ ਮੁੱਖ ਮੰਤਰੀ ਸਾਹਿਬ ਆਏ ਸੀ, ਕਹਿੰਦੇ ਵੀ ਜੇ ਮੈਂ ਸਰਕਾਰ 'ਚ ਸੱਤਾ 'ਚ ਆਊਂਗਾ ਤਾਂ ਹਰੇ ਪੈਨ ਨਾਲ ਤੁਹਾਡੇ ਰੁਜ਼ਗਾਰ ਸਾਰੇ ਪੱਕੇ ਕਰੂੰਗਾ। ਕਿਤੇ ਨਾ ਕਿਤੇ ਸਰਕਾਰ ਨੱਸ ਰਹੀ ਹੈ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿਹੜੀ ਤਨਖਾਹ ਸਾਡੀ ਪੱਕੇ ਮੁਲਾਜ਼ਮਾਂ ਦੇ ਬਰਾਬਰ, ਅਸੀਂ 16-16 ਘੰਟੇ ਕੰਮ ਕਰਦੇ ਹਾਂ, ਪਰ ਸਾਨੂੰ ਜਿਹੜੀ ਤਨਖਾਹ ਹੈ ਉਹ ਨਾ ਮਾਤਰ ਦਿੱਤੀ ਜਾਂਦੀ ਹੈ। ਜਿਹੜੀ ਨਵੀਂ ਭਰਤੀ ਦੀ ਤਨਖਾਹ ਹੈ ਉਹ ਬਿਲਕੁਲ ਹੀ ਘੱਟ ਹੈ, 8100 ਅਤੇ 9100 ਰੁਪਏ। ਇੱਕ ਮਹਿਕਮੇ 'ਚ 3 ਤਨਖਾਹਾਂ, ਅਸੀਂ ਕੰਮ ਬਰਾਬਰ ਕਰਦੇ ਹਾਂ ਤਾਂ ਤਨਖਾਹ ਸਾਨੂੰ ਬਰਾਬਰ ਮਿਲਣੀ ਚਾਹੀਦੀ ਹੈ। ਸਾਡੀਆਂ ਕੁੱਲ ਸਾਡੀ ਪੰਜਾਬ ਦੀ ਜੀ ਜਿਹੜੇ ਕੱਚੇ ਮੁਲਾਜ਼ਮ ਵੱਲੋਂ ਟੋਟਲ ਸਰਵਿਸ ਬੰਦ ਹੈ, ਜਿਹੜੇ ਪੱਕੇ ਮੁਲਾਜ਼ਮ ਸਾਡੇ 10 ਤੋਂ 12 ਜਾਂ 15 ਇਕੱਲੇ ਇਕੱਲੇ ਡਿਪੂ 'ਚ ਉਹ ਗੱਡੀਆਂ ਚੱਲਦੀਆਂ, ਯਾਨੀ ਕਿ 70-80 ਗੱਡੀਆਂ ਚੱਲਦੀਆਂ, 5% ਗੱਡੀਆਂ ਚੱਲਦੀਆਂ। ਪੰਜਾਬ ਦੇ ਵਿੱਚ PRTC ਦੀ 3500 ਬੱਸ ਹੈ ਜੀ, ਜਿਹਦਾ 3400 ਬੱਸ ਬਿਲਕੁਲ ਬੰਦ ਹੈ, ਸਿਰਫ 100 ਬੱਸ ਚੱਲ ਰਹੀ ਹੈ, ਉਹ ਵੀ ਪੱਕੇ ਮੁਲਾਜ਼ਮਾਂ ਵੱਲੋਂ ਚਲਾਈ ਜਾ ਰਹੀ ਹੈ, ਕੱਚੇ ਮੁਲਾਜ਼ਮਾਂ ਵੱਲੋਂ ਮੁਕੰਮਲ ਚੱਕਾ ਜਾਮ ਹੈ। ਇੱਕ ਕੰਡਕਟਰ ਸਾਡਾ ਚੰਡੀਗੜ੍ਹ ਤੋਂ ਆ ਰਿਹਾ ਸੀ ਅਤੇ ਇੱਕ ਸਵਾਰੀ ਉਹਦੇ ਵਿੱਚ ਰਹਿ ਗਈ ਜਿਹਨੇ ਟਿਕਟ ਨਹੀਂ ਲਈ। ਇੰਸਪੈਕਟਰਾਂ ਉਹਨੂੰ ਚੈੱਕ ਕੀਤਾ, ਰਿਪੋਰਟ ਉਹਦੀ ਬਣਦੀ ਸੀਗੀ 10 ਗੁਣਾ ਦੀ, ਸਵਾਰੀ ਨੂੰ ਪੈਸੇ ਲੈ ਕੇ 10 ਗੁਣਾ ਲੈ ਕੇ ਅਤੇ ਫਰਕ ਕਰਨ ਦਾ ਬਈ ਕੰਮ ਨਿਬੜ ਗਿਆ। ਉਹਨਾਂ ਨੇ ਕੀ ਕੀਤਾ ਵੀ ਨਾਲੇ ਤਾਂ ਸਵਾਰੀ ਦੀ 185 ਰੁਪਈਆਂ ਦੀ ਟਿਕਟ ਕਢਾ ਤੀ, ਨਾਲੇ ਸਾਡੇ ਮੁਲਾਜ਼ਮ ਦੀ ਇਰਾਦਾ ਗਬਨ ਦੀ ਰਿਪੋਰਟ ਬਣਾ ਤੀ ਵੀ ਤੁਸੀਂ ਭਾਈ ਸਾਹਿਬ ਉੱਤਰ ਕੇ ਪੈਸੇ ਲੈਣੇ ਸੀ। ਜਿਹਦੇ ਏਵੇਜ਼ ਦੇ ਵਿੱਚ ਉਹ 7-8 ਦਿਨ ਵਿਚਾਰਾ ਤਰਲੇ ਮਿਹਨਤ ਕਰਦਾ ਰਿਹਾ ਇੱਥੇ, ਇਹਨਾਂ ਮੰਨੀ ਨਾ ਅਤੇ ਉਹ ਮੁੜ ਕੇ ਪੈਟਰੋਲ ਲੈ ਕੇ ਅਤੇ ਟੈਂਕੀ 'ਤੇ ਚੜ੍ਹ ਗਿਆ। 9 ਤਰੀਕ ਦਾ ਉੱਤੇ ਆ ਅਤੇ ਅੱਗੇ ਮਾੜਾ ਮੋਟਾ ਰਿਲੈਕਸੇਸ਼ਨ ਸੀ ਵੀ ਰੋਟੀ ਪਾਣੀ ਦਿੰਦੇ ਸੀ। ਰਾਤ ਦਾ ਪ੍ਰਸ਼ਾਸਨ ਨੇ ਇੱਕ ਚਿੱਠੀ ਕੱਢਤੀ ਆ ਵੀ ਇੱਥੇ ਤੁਸੀਂ ਭਾਸ਼ਣ ਨਹੀਂ ਕਰਨਾ, ਕੋਈ ਬੋਲਣਾ ਚੱਲਣਾ ਨਹੀਂ ਇਹਨਾਂ ਦੇ ਖਿਲਾਫ਼। ਦੂਜਾ ਉਹ ਬੰਦਾ ਸਾਡਾ ਰਾਤ ਦਾ ਭੁੱਖਾ, ਕੱਲ੍ਹ ਦੁਪਹਿਰ ਦਾ ਕੋਈ ਉਹਨੂੰ ਉੱਦਾਂ ਦੇ ਨਾ, ਇਹਨਾਂ ਕੈਮਰੇ ਲਾਏ ਨਾ, ਲੈਣ ਨਾ ਦੇਣ, ਅੱਜ ਕੈਮਰੇ ਲਾਏ ਕੱਲ੍ਹ ਦੇ, ਥੱਲੇ ਬਲਬ ਲਾਈ ਬੈਠੇ ਆ, ਸਾਰੇ ਪਾਸੇ ਕੁਰਸੀਆਂ ਡਾਹ ਕੇ ਸਾਡੇ ਇੰਸਪੈਕਟਰ ਬੈਠੇ ਆ ਅਤੇ ਉਹ ਬੰਦਾ ਮਰਨੇ ਪਿਆ ਭੁੱਖਾ ਉੱਤੇ। ਸਾਨੂੰ ਉਹਦੀ ਫਿਕਰ ਹੈ, ਨਾ ਕੋਈ ਡਾਕਟਰੀ ਸਹਾਇਤਾ ਦਿੱਤੀ ਆ ਉਹਨੂੰ, ਐਂਬੂਲੈਂਸ ਉੱਥੇ ਖੜੀ ਕੀਤੀ ਆ, ਫਾਇਰ ਬ੍ਰਿਗੇਡ ਨੇ ਥੱਲੇ ਕੋਈ ਜਾਲਾ ਨਹੀਂ ਲਾਇਆ ਸਾਡੇ ਬੰਦੇ ਦਾ। ਸਾਨੂੰ ਇਸ ਵੇਲੇ ਪੂਰਾ ਖਤਰਾ ਵੀ ਉਹਦਾ ਕੋਈ ਨੁਕਸਾਨ ਹੋ ਗਿਆ।